I have a confession to make. I have a few obsessions that are unhealthy. Social media behad sokha raha ban chukya hai jis rahi stars apne fans de naal kade vi te kithe vi connect kar sakde hain. ਅਸੀਂ ਮੋਸਟਲੀ ਆਰਟਿਸਟ ਨੂੰ ਇਹਨਾਂ ਪਲੇਟਫਾਰਮਸ ਰਾਹੀਂ ਆਪਣੇ ਗਾਣੇ ਜਾਂ ਫਿਲਮਾਂ ਨੂੰ ਪ੍ਰਮੋਟ ਕਰਦੇ ਹੋਏ ਦੇਖਿਆ ਹੈ ਜਿੱਥੇ ਜ਼ਿਆਦਾਤਰ ਆਰਟਿਸਟ ਆਪਣੀ ਪਰਸਨਲ ਲਾਈਫ ਨੂੰ ਕਾਫੀ ਪ੍ਰਾਈਵੇਟ ਰੱਖਦੇ ਨੇ ਉੱਥੇ ਹੀ ਕੁਝ ਅਜਿਹੇ ਆਰਟਿਸਟ ਵੀ ਨੇ ਜਿਨ੍ਹਾਂ ਦੀ ਪਰਸਨਲ ਲਾਈਫ ਉਹਨਾਂ ਦੇ ਫੈਨਸ ਅੱਗੇ ਇੱਕ ਖੁੱਲ੍ਹੀ ਕਿਤਾਬ ਵਰਗੀ ਹੈ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੀ ਗੁਲਾਬੀ ਕੁਈਨ ਯਾਨੀ ਕਿ ਜੈਸਮਿਨ ਸੈਂਡਲਸ ਦੀ ਸਨੈਪਚੈਟ ਸਟੋਰੀਜ਼ ਅਤੇ ਇੰਸਟਾਗ੍ਰਾਮ ਵੀਡੀਓਜ਼ ਤਾਂ ਤੁਸੀਂ ਜ਼ਰੂਰ ਵੇਖੀਆਂ ਹੋਣਗੀਆਂ ਜੈਸਮੀਨ ਪੰਜਾਬ ਦੀ ਇੱਕ ਅਜਿਹੀ ਕਲਾਕਾਰ ਹੈ ਜੋ ਆਪਣੀ ਪਰਸਨਲ ਲਾਈਫ ਨੂੰ ਆਪਣੇ ਫੈਨਸ ਦੇ ਨਾਲ ਕਾਫੀ ਹੱਦ ਤੱਕ ਸ਼ੇਅਰ ਕਰਦੀ ਹੈ ਚਾਹੇ ਉਹਨਾਂ ਦੀ ਮੰਮੀ ਜਾਂ ਦਾਦੀ ਹੋਣ ਜਾਂ ਉਹਨਾਂ ਦਾ ਪਿਆਰ ਗੈਰੀ ਸੰਧੂ ਰੀਸੈਂਟਲੀ ਜੈਸਮੀਨ ਨੇ ਆਪਣੇ ਫੈਨਸ ਦੇ ਨਾਲ ਆਪਣੇ ਓਬਸੈਸ਼ਨ ਬਾਰੇ ਇੰਸਟਾਗ੍ਰਾਮ 'ਤੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਅਗਰ ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਗੈਰੀ ਸੰਧੂ ਹੋ ਸਕਦੇ ਨੇ ਤਾਂ ਤੁਸੀਂ ਬਿਲਕੁਲ ਠੀਕ ਨਹੀਂ ਹੋ ਜੈਸਮੀਨ ਓਬਸੈਸਡ ਹੈ ਮਿਊਜ਼ਿਕ ਦੇ ਨਾਲ ਉਹਨਾਂ ਨੂੰ ਲਾਈਫ ਦੇ ਵਿੱਚ ਬੈਕਗ੍ਰਾਊਂਡ ਮਿਊਜ਼ਿਕ 'ਤੇ ਚਾਹੀਦਾ ਹੀ ਹੁੰਦਾ ਹੈ ਉਹ ਸਵੇਰੇ ਉੱਠ ਕੇ ਹੈਪੀ ਮਾਰਨਿੰਗ ਮਿਊਜ਼ਿਕ ਸੁਣਨਾ ਪਸੰਦ ਕਰਦੇ ਨੇ ਅਤੇ ਸ਼ਾਮ ਵੇਲੇ ਰਾਗ ਸੁਣਦੇ ਨੇ ਪਲੇਇੰਗ ਇੰਸਟਰੂਮੈਂਟਲ ਮਿਊਜ਼ਿਕ ਇਨ ਦ ਬੈਕਗ੍ਰਾਊਂਡ ਆਫ ਮਾਈ ਲਾਈਫ Like the soundtrack to every mood. I'm so obsessed and so particular about the music in the background that jadon koi deep conversation shuru hundi hai na phir naal naal music change kar denni hai jadon morning hundi hai I play happy morning music jadon evening hundi hai I play some evening ragas anyways very obsessed ਜੈਸਮੀਨ ਨੂੰ ਓਬਸੈਸ਼ਨ ਹੈ ਬੁੱਕਸ ਨੂੰ ਕਲੈਕਟ ਕਰਨ ਦਾ ਪਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਕਿਤਾਬਾਂ ਨੂੰ ਪੜ੍ਹਦੇ ਨਹੀਂ ਹੈ ਆਈ ਲਵ ਕਲੈਕਟਿੰਗ ਬੁੱਕਸ ਰਾਈਟ ਆਈ ਡੋਨਟ ਰੀਲੀ ਰੀਡ ਆਈ ਰੈਡ ਲਾਈਕ ਦ ਬੁੱਕਸ ਇਨ ਹਾਈ ਸਕੂਲ ਦੈਟ ਆਈ ਹੈਡ ਟੂ ਰੀਡ ਟੂ ਪਾਸ ਦ ਟੈਸਟਸ ਐਂਡ ਆਈ ਰੈਡ ਆਈ ਲਿਸਨ ਟੂ ਦ ਅਲਕੇਮਿਸਟ ਐਂਡ ਦੈਟਸ ਇਟ ਹੁਣ ਕਿਤਾਬਾਂ ਖਰੀਦਣ ਦਾ ਇਹ ਕਿਹੋ ਜਿਹਾ ਜਨੂੰਨ ਹੋਇਆ ਇਹ ਤਾਂ ਜੈਸਮੀਨ ਹੀ ਦੱਸ ਸਕਦੇ ਨੇ ਜੈਸਮੀਨ ਸੈਂਡਲਸ ਦਾ ਤੀਜਾ ਓਬਸੈਸ਼ਨ ਹੈ ਚੈਪਸਟਿਕਸ ਯਾਨੀ ਕਿ ਲਿਪ ਬਾਮਸ ਨੂੰ ਕਲੈਕਟ ਕਰਨ ਦਾ I also have an obsession of collecting chapsticks. ਦੇਖਿਆ ਜਾਏ ਤਾਂ ਇਹ ਜਨੂੰਨ ਅੱਜ ਕੱਲ ਹਰ ਕੁੜੀ ਨੂੰ ਹੀ ਚੜਿਆ ਹੁੰਦਾ ਹੈ ਹੁਣ ਇਹਨਾਂ ਸਾਰੇ ਓਬਸੈਸ਼ਨਸ ਵਿੱਚ ਗੈਰੀ ਸੰਧੂ ਦਾ ਨਾਮ ਤਾਂ ਨਹੀਂ ਹੈ ਤੇ ਇਹ ਸੁਣ ਕੇ ਗੈਰੀ ਦੇ ਫੈਨਸ ਨੂੰ ਨਿਰਾਸ਼ਾ ਵੀ ਜ਼ਰੂਰ ਹੋਈ ਹੋਣੀ ਹੈ ਪਰ ਇਸ ਦੇ ਰਾਹੀਂ ਜੈਸਮੀਨ ਦੇ ਫੈਨਸ ਨੂੰ ਉਹਨਾਂ ਬਾਰੇ ਕੁਝ ਨਵਾਂ ਜਾਣਨ ਦਾ ਮੌਕਾ ਜ਼ਰੂਰ ਮਿਲਿਆ ਹੈ